ਰਸ ਮਲਾ ਮਿਟ ਜਾਏ ਪਰੇ ਰਹਿ ਸਾਜਨਾ ਸੰਤ ਆਓ ਮੇਰਾ ਸਾਜਨਾ ਸੰਤ ਆਓ ਮੇਰਾ ਸੰਤ ਚਰਨ ਤਰੋ ਮਾਤ ਚਾਂਦਨਾ ਪਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਦੇ ਸੁਭਾਵੈ ਦਿਵੈ ਚਲਾਵੈ ਜਿਵ ਹੋਵੈ ਪੁਰਮਾਣ ਉਹ ਵੇਖੈ ਉਹਨਾਂ ਨਦਰ ਆਵੈ ਬਹੁਤਾ ਇਹੋ ਵਿਣਾਣ ਆਦੇਸ਼ ਦਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਹੋਵੇਸ ਆਸਣ ਦੋਏ ਦੋਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਕੋਈਸ ਭੁਗਤ ਗਿਆਨ ਦਇਆ ਭੰਡਾਰਣ ਘਟ ਘਟ ਵਾਜਨ ਨਾਦ ਆਪ ਨਾਦ ਨਾਥੀ ਸਭ ਜਾਗੀ ਮੁਖ ਸਰਮ ਪਦ ਚੋਰੀ ਧਿਆਨ ਕੀ ਕਰੈ ਬਿਭੂਤ ਕਿੰਤਾ ਕਾਲ ਕੁਮਾਰੀ ਕਾਇਆ ਜੁਗਤ ਡੰਡਾ ਪਰਤੀ ਕੋ ਕਰਮ ਕੇਤੇ ਪਵਣ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ ਕੇਤੇ ਬਰ ਮੈਂ ਘਾਟ ਦੁਖੜੀ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਮ ਉਪਦੇਸ਼ ਸੱਚਾ ਦਰਬਾਰ ਕੇਤੇ ਸੋਹਨ ਪੰਜ ਪਰਵਾਣ ਨਦਰੀ ਕਰਮ ਪਵੈ ਨੀਸਾਣ ਕੱਚ ਪਕਾਈ ਜੋਰ ਜੋਰਨ ਮੰਗਣ ਦੇਣ ਨਾ ਜੋਰ ਜੋਰਨ ਜੀਵਨ ਮਰਨ ਨੈ ਜੋਰ ਜੋਰਨ ਰਾਜਮਾਲ ਮਨ ਸੋਰ ਜੋਰਨ ਸੁਰਤੀ ਗਿਆਨ ਵਿਚਾਰ ਜੋਰਨ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਖੀ ਹੈ ਏਕ ਨਾਮ ਜਗਦੀਸ਼ ਏਦ ਰਾਹੀ ਪਦ ਪਵਣੀਆ ਚੜੀਐ ਹੋਏ ਕੀਸ ਸੁਣ ਗੱਲਾ ਆਗਾਸ ਕੀ ਕੀਟਾ ਆਈ ਰੀਸ ਨਾਨਕ ਨਾਮ ਜਿਨੀ ਨਾਮ ਗਏ ਮਸਕਤ ਖਾਲ ਨਾਨਕ ਦੇ ਮੁਖ ਉਚਲੇ ਕੀਤੀ ਛੁੱਟੀ ਨਾਲ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ, ਸਹਿਜ ਸੇਤੀ ਮਨ ਵਜਿਆ ਵਧਾਈਆ, ਰਾਗ ਰਤਨ ਪਰਵਾਰ ਪਰਿਆ, ਸਬਦ ਗਾਵਣ ਆਰੀਆ, ਸਬਦ ਤਾਂ ਗਾਵੋ ਹਰੀ ਗੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰੂ ਤੇ ਆਇਆ, ਗਏ ਮਸਕਤ ਕਾਲ, ਧੀਰਜ ਸੁਣਿਆਰ, ਮਹਰਣ ਮਤ ਵੇਦ ਹਥਿਆਰ, ਪਉ ਕਲਾਗਨ ਤਪਤਾਉ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ, ਸਲੋਕ ਪਵਣ ਗੁਰੂ ਬਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਤੋਇ ਦਾਈ ਦਾਇਆ, ਖਿਲੈ ਸਗਲ ਜਗਤ, ਚੰਗਿਆਈਆ ਬੁਰਿਆਈਆ, ਵਾਚੈ ਧਰਮ ਮਨਵ ਮੁਨ, ਗੇਤੇ ਗੇਤੇ ਰਤਨ ਸਮੁੰਦ, ਗੇਤੀਆ ਖਾਣੀ ਗੇਤੀਆ ਬਾਣੀ, ਗੇਤੇ ਪਾਦ ਨਿਰਿੰਦ, ਗੇਤੀਆ ਸੁਰਤੀ ਸੇਵਕ, ਗੇਤੇ ਨਾਨਕ ਅੰਤ ਨਹੰਤ, ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਜਿਥੈ ਨਾਦ ਵਿਨੋਦ ਕੋਟ ਆਨੰਦ, ਸਰਬ ਖੰਡ ਕੀ ਬਾਣੀ ਰੂਪ, ਜਿਥੈ ਘਾੜਤ ਘੜੀਐ ਬਹੁਤ ਅਨੂਪ, ਤਾਗੀਆ ਗੱਲਾਂ ਕਥੀਆ ਨਾ ਜਾਹੀ, ਜੇ ਕੋ ਕਹਿ ਪਿੱਛੇ ਪਛਤਾਈ, ਤਿੱਥੈ ਘੜੀਐ ਸੁਰਤ ਮੰਤ ਮਨ ਬੁੱਧ, ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁੱਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਤ ਮਹਾਂਬਲ ਸੂਰ, ਤਿੰਨ ਮਹਿ ਰਾਮ ਰਹਿਆ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕੇ ਰੂਪ ਨ ਕਥਨੇ ਜਾਹੇ, ਨਾ ਉਹੇ ਮਰਹੇ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੈ ਗੇ ਲੋਆ, ਕਰੈ ਆਨੰਦ ਸੱਚਾ ਮਨ ਸੋਈ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਰ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨ ਅੰਤ, ਤਿੱਥੈ ਲੋਹ ਲੋਹ ਆਕਾਰ, ਜਿਵ ਜਿਵ ਹੁਕਮ ਤਿਵੇ ਤਿਵਕਾਰ, ਵੇਖਿਆ ਪੰਜ ਦੂਤ ਦੁੱਧ ਵੰਸ ਕੀਤੇ ਕਾਲ, ਕੰਟਕ ਮਾਰਿਆ ਤੁਰ ਕਰਮ ਪਾਇਆ, ਦੁੱਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਆਨੰਦ ਸੁਣੋ ਵਟ ਭਾਗੀ ਹੋ, ਸਗਲ ਮਨੋਰਥ ਪੂਰੀ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਮਸੂਰੀ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਸੰਤ ਸਾ ਸੁਣ ਤੇ ਮੋਨੀ, ਸਤ ਗੁਰ ਰਹਿਆ ਭਰ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਸੁਣ ਤੇ ਪੁਨੀਤ, ਕਹਿਤੇ ਪਵਿੱਤ ਸਤ ਗੁਰ ਰਹਿਆ ਭਰ ਪੂਰੇ, ਬਿਨ ਵਾਜੇ ਅਨਹਦ ਦੂਰੇ ਤੂੰ ਨਾ।
ਪਿਤਾ ਮਨ ਬਾਰਕ ਤੇਰੇ ਤੁਮਰੀ ਕੇਰ ਪਾਵੈ ਸੁਖ ਕਨੇਰੇ ਹੋਏ ਨ ਜਾਤੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਨਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੋ ਆਖਾਰੀ ਤੁਮਰੀ ਗਤ ਮਿਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਤੁਰਬਾਨੀ ਤੁਧੇ ਆਖੇ ਕਹੋ ਨਾਨਕ ਸਾਪ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਵਾਹਿਗੁਰੂ 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 ਜੀ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਿ ਗੋਬਿੰਦ ਨੋ ਸਿਮਰਾਓ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਘਰ ਨੌ ਨਿਧਿ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸਰਬੰਸ ਗਾਨੀ ਅਮਰਤ ਕੇ ਦਾਤੇ ਸਭ ਥਾਈ ਹੋਏ ਸਹਾਈ ਦਸੋ ਪਾਤਸ਼ਾਹ ਹੋ ਕੇ ਗਿਆਨ ਸਰੂਪ ਕਲਯੁਗ ਕੀਓ ਧਨਾਮ ਬਾਣੀ ਕੇ ਰੋਹੇ ਥੈ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਠ ਦਰਸ਼ਨ ਦੀ ਕਾਰਤਾ ਧਿਆਨ ਧਰ ਬੋਲੋ ਜੀ
ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੇ ਬਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਜੁਗੋ ਜੁਗ ਅਟਲ, ਛਤਰ ਚਵਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਬਾਣੀ ਸਰੂਪ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ, ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਵਿੱਤਰ ਮੁੱਖ ਵਾਕ ਹਨ। ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਣਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ, ਹਮ ਸੰਤਨ ਸਿਉਂ ਬਣ ਆਏ, ਪੂਰਬ ਲਿਖਿਆ ਪਾਈ, ਇਹੋ ਮਨ ਤੇਰਾ ਭਾਈ ਦੇ ਮਹਾਂਵਾਕ ਅਨੁਸਾਰ। ਸਤਿਗੁਰੂ ਜੀ ਆਪ ਜੀ ਦੇ ਦਰ ਘਰ ਤੋਂ ਵਰੋਸਾਏ, ਸਤਿਕਾਰਯੋਗ ਸੱਚਖੰਡ ਵਾਸੀ ਮਹਾਂਪੁਰਸ਼ ਸ਼੍ਰੀਮਾਨ 108 ਸੰਤ ਸਿਪਾਹੀ ਸੰਤ ਬਾਬਾ ਵਿਸਾਖਾ ਸਿੰਘ ਜੀਆਂ ਦੀ ਸਾਲਾਨਾ 56ਵੀਂ ਬਰਸੀ ਜੋੜ ਮੇਲਾ ਮਹਾਂਪੁਰਖਾਂ ਦੇ ਅਸਥਾਨ ਦੇ ਪ੍ਰਬੰਧ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਮਹਾਂਪੁਰਖਾਂ ਦੇ ਪਵਿੱਤਰ ਅਸਥਾਨ ਪੰਥਕ ਗੁਰਦੁਆਰਾ ਸਾਹਿਬ ਕਿਸ਼ਨਪੁਰਾ ਕਲਾਂ ਵਿਖੇ ਸ਼ਰਧਾ ਭਾਵਨਾ ਦੇ ਸਹਿਤ ਮਨਾਇਆ ਜਾ ਰਿਹਾ ਹੈ। ਪਿਛਲੇ ਦਿਨਾਂ ਤੋਂ ਧੁਰਕੀ ਬਾਣੀ ਦੇ ਸ਼੍ਰੀ ਅਖੰਡ ਪਾਠਾਂ ਦੀਆਂ ਲੜੀਆਂ ਦੁਆਰਾ ਸਮਾਗਮਾਂ ਦੀ ਆਰੰਭਤਾ ਹੋਈ। ਸਤਿਗੁਰੂ ਜੀ ਪਰਸੋਂ ਰੋਜ਼ ਤੋਂ ਚੌਥੀ ਲੜੀ ਦੇ ਵਿੱਚ 42 ਸ਼੍ਰੀ ਅਖੰਡ ਪਾਠ ਸਮੇਤ ਸ਼੍ਰੀ ਜਪਜੀ ਸਾਹਿਬ ਜੀ ਦੇ ਪ੍ਰਾਰੰਭ ਕੀਤੇ ਗਏ। ਇਸ ਵੇਲੇ ਸ਼੍ਰੀ ਅਖੰਡ ਪਾਠਾਂ ਦੀ ਨਿਰਵਿਘਨ ਸੰਪੂਰਨਤਾ ਹੋਈ, ਭੋਗ ਪਾਏ ਗਏ। ਅਲਾਹੀ ਬਾਣੀ ਦਾ ਜਾਪ ਕਰਦਿਆਂ ਪਾਠੀ ਸਿੰਘਾਂ ਕੋਲੋਂ, ਸੇਵਾਦਾਰਾਂ ਕੋਲੋਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਅੱਗੇ ਤੋਂ ਸਮੱਤ ਬਖਸ਼ਣੀ। ਸਤਿਗੁਰੂ ਜੀ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਦੇ ਹੈ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸਾਧ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਗੁਰਬਾਣ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ ਸਭ ਨਾ। ਪੰਜਵੀਂ ਲੜੀ ਦਾ ਇੱਕ ਧੁਰਕੀ ਬਾਣੀ ਦਾ ਸ਼੍ਰੀ ਅਖੰਡ ਪਾਠ ਸਮੇਤ ਸ਼੍ਰੀ ਜਪਜੀ ਸਾਹਿਬ ਜੀ ਦੇ ਪ੍ਰਾਰੰਭ ਕੀਤਾ ਜਾ ਰਿਹਾ ਹੈ। 41 ਹੋਰ ਸ਼੍ਰੀ ਅਖੰਡ ਪਾਠ ਸਾਹਿਬ ਕੁਝ ਸਮਾਂ ਠਹਿਰ ਕੇ ਪ੍ਰਾਰੰਭ ਕੀਤੇ ਜਾਣਗੇ। ਆਪ ਜੀ ਨੇ ਕਿਰਪਾ ਕਰਨੀ ਸਤਿਗੁਰੂ ਜੀ, ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਸ਼੍ਰੀ ਅਖੰਡ ਪਾਠਾਂ ਦੀ ਸੇਵਾ ਹੋਈ, ਨਾਮ ਆਪ ਜੀ ਜਾਣੀ ਜਾਣ ਹੋ, ਕਿਰਪਾ ਕਰਕੇ ਸਾਰੇ ਪਰਿਵਾਰਾਂ ਦੀ ਸੇਵਾ ਪ੍ਰਵਾਨ ਕਰਨੀ, ਸ਼ੁਭ ਮਨੋਕਾਮਨਾ ਭਾਵਨਾ ਪੂਰੀਆਂ ਕਰਨੀਆਂ, ਮੇਰਾ ਭਰਿਆ ਸਿਰ 'ਤੇ ਹੱਥ ਰੱਖਣਾ, ਦੇਸਾਂ ਪ੍ਰਦੇਸਾਂ ਵਿੱਚ ਅੰਗ ਸੰਗ ਸਹਾਈ ਹੋਣਾ। ਸਤਿਗੁਰੂ ਜੀ ਕਿਰਪਾ ਕਰਨੀ, ਕਾਰਜ ਰਾਸ ਕਰਨੇ ਦੇ। ਪੰਜਵੀਂ ਲੜੀ ਦੇ ਵਿੱਚ ਪਹਿਲੇ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਬੇਬੇ ਰਮਨਦੀਪ ਕੌਰ, ਪਤਨੀ ਸਰਦਾਰ ਬਰਜਿੰਦਰ ਸਿੰਘ, ਪਿੰਡ ਲੱਖਣ ਕੇ ਪੱਡਾ ਜੂਐਸਏ ਵਾਸੀ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ, ਕਹਿੰਦੀ ਕਲਾ ਮਹਾਂਪੁਰਖਾਂ ਦੀ ਜਾਗਰਿਤ ਸੇਵਾ ਹੋ ਰਹੀ ਹੈ, ਕਿਰਪਾ ਕਰਕੇ ਸੇਵਾ ਪ੍ਰਵਾਨ ਕਰਨੀ ਦੀ। ਇਸ ਮੇਲੇ ਸ਼੍ਰੀ ਅਖੰਡ ਪਾਠਾਂ ਦੀ ਸੰਪੂਰਨਤਾ ਅਤੇ ਸਾਰੇ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਰਵਾਨੇ ਸਾਹਿਬ ਜਥਾ ਜੋ ਮਾਇਆ ਭੇਟ ਕੀਤੀ ਗਈ ਹੈ, ਸ਼ੁਭ ਸੇਵਾ ਲੇਖੇ ਵਿੱਚ ਲਾਉਣੀ। ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਹਰਪ੍ਰੀਤ ਸਿੰਘ ਜੀ, ਬੇਬੇ ਮਨਦੀਪ ਕੌਰ ਜੀ ਵੱਲੋਂ ਆਪ ਜੀ ਦੇ ਪਵਿੱਤਰ ਅਸਥਾਨ ਦੇ ਪ੍ਰਕਾਸ਼ ਅਸਥਾਨ ਦੇ ਰੁਮਾਲਿਆਂ ਦੀ
ਸਮੇਤ ਚੰਦੋਆ ਸਾਹਿਬ ਦੇ ਸੇਵਾ ਕੀਤੀ ਗਈ ਹੈ। ਕਿਰਪਾ ਕਰਕੇ ਸੇਵਾ ਪ੍ਰਵਾਨ ਕਰਨੀ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਜੀ। ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਸਜਾ ਕੇ ਹਾਜ਼ਰ ਕੀਤੇ, ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਅਨਕ ਪ੍ਰਕਾਰ ਭੋਜਨ ਬਹੁ ਪੀਏ, ਬਹੁ ਵਿੰਜਨ ਮਿਸਕਾਏ, ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਗੋ ਭੋਗ ਹਰ ਰਾਏ। ਆਪ ਜੀ ਦਾ ਅੰਮ੍ਰਿਤਮਈ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ। ਕਿਰਪਾ ਕਰਨੀ ਸਤਿਗੁਰੂ ਜੀ, ਮਹਾਂਪੁਰਖਾਂ ਦੇ ਸਲਾਨਾ ਜੋੜ ਮੇਲੇ ਦੇ ਸਾਰੇ ਕਾਰਜ ਨਿਰਵਿਘਨ ਸੰਪੂਰਨ ਕਰਾਉਣੇ, ਸਭ ਕਾਰਜਾਂ ਵਿੱਚ ਅੰਗ ਸੰਗ ਹੋ ਕਰ ਵਰਤਣਾ, ਅਸਥਾਨ ਦੇ ਪ੍ਰਬੰਧਕਾਂ ਸੇਵਾਦਾਰਾਂ ਸਮੂਹ ਸੰਗਤਾਂ ਨੂੰ ਸ਼ਰਧਾ ਭਾਵਨਾ ਦੇ ਸਹਿਤ ਤਨ ਮਨ ਧਨ ਦੇ ਨਾਲ ਸੇਵਾ ਕਰਨ ਦਾ, ਆਪ ਜੀ ਦੇ ਪਵਿੱਤਰ ਦਰਬਾਰ ਦੀ ਹਾਜ਼ਰੀ ਭਰਨ ਦਾ ਬਲ ਬਖਸ਼ਿਸ਼ ਕਰਨਾ ਜੀ। ਸਭ ਸੰਗਤਾਂ ਦੀ ਸਭ ਤਰ੍ਹਾਂ ਕਰਕੇ ਕੀਤੀ ਸੇਵਾ ਆਪਣੇ ਦਰ 'ਤੇ ਪ੍ਰਵਾਨ ਕਰਨੀ, ਨਗਰ ਖੇੜੇ 'ਤੇ ਸੰਗਤਾਂ ਦੇ ਘਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਰਤਾਉਣੀ, ਮੇਰਾ ਭਰਿਆ ਸਿਰ 'ਤੇ ਹੱਥ ਰੱਖਣਾ। ਸਤਿਗੁਰੂ ਜੀ ਕਿਰਪਾ ਕਰੋ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ ਕੇ ਨਿਹਾਲ ਕਰੋ ਜੀ। ਉਪਰੰਤ ਪੰਜਵੀਂ ਲੜੀ ਦਾ ਇੱਕ ਸ਼੍ਰੀ ਅਖੰਡ ਪਾਠ ਸਮੇਤ ਸ੍ਰੀ ਜਪਜੀ ਸਾਹਿਬ ਜੀ ਦੇ ਪ੍ਰਾਰੰਭ ਕਰਨ ਦੀ ਆਪ ਜੀ ਆਗਿਆ ਬਖਸ਼ੋ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਕਿਆ ਪਹੀਆ ਕਾਲ ਕੀ, ਕਬੀ ਚਲਾਇਓ ਪੰਥ। ਜੋ ਪ੍ਰਭ ਕੋ ਮਿਲੇ ਉਹ ਚਾਹੇ, ਕੋਜ ਸ਼ਬਦ ਮਹਿਲੇ ਰਾਜ ਕਰੇਗਾ ਖਾਲਸਾ। ਬਾਕੀ ਰਹੇ ਨ ਕੋਏ ਖੁਆਰ ਹੋਏ, ਸਭ ਮਿਲੇਂਗੇ ਬਜੇ ਸਰਨ ਜੋ ਹੋਏ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਕਰੇ ਪਾਰ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਬੋਲੇ ਕਸਮਲਾ ਮਿਟ ਜਾਏ ਪਰੇ ਰਹੇ।
ਸਾਜਨਾ ਸੰਤ ਆਓ ਮੇਰੇ ਸਾਜਨਾ ਸੰਤ ਆਓ ਮੇਰੇ ਸਾਜਨਾ